ਆਹ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਇੱਕ ਬਾਜ਼ਾਰ ਦੇ ਮੇਨ ਬਾਜ਼ਾਰ ਮੱਲਾਂ ਵਾਲਾ ਖਾਸ ਤਰੀਕੇ ਲੱਗੀ ਹੋਈ ਅੱਗ ਦੀਆਂ ਕੱਪੜੇ ਦੀ ਦੁਕਾਨ ਸਾਡੇ ਸਾਰਾ ਹੀ ਉੱਪਰ ਮੰਜ਼ਿਲ ਦੇਖ ਰਹੇ ਤੁਸੀਂ ਬਹੁਤ ਤੇਜ਼ ਲਪਟਾ ਸਾਰੀ ਦੁਕਾਨ ਪੰਜਾਬੀ ਦੀ ਸੀ ਕਰਕੇ ਦੇਖ ਰਹੇ ਹੋ ਬਾਜ਼ਾਰ ਰਹੇ ਨੇ ਲੋਕ ਬਹੁਤ ਹੀ ਭਿਆਨਕ ਹਾਦਸਾ ਵਾਪਰਿਆ ਪੂਰੀ ਤਰ੍ਹਾਂ ਅਜੇ ਜਾਣਕਾਰੀ ਨਹੀਂ ਮਿਲ ਸਕੀ ਤੁਸੀਂ ਦੇਖ ਰਹੇ ਹੋ ਕੱਟ ਇਸ ਟਾਈਮ 'ਤੇ ਰਾਤ ਦੇ ਜਿਹੜੇ ਹੈ ਕਿੰਨੇ ਵਜੇ ਦਾ ਟਾਈਮ ਹੋ ਗਿਆ 9 ਵਜੇ ਦੇ ਕਰੀਬ ਮੱਲਾਂ ਵਾਲਾ ਖਾਸ 8:30 ਦੇ ਕਰੀਬ ਹੈ ਇਹ ਮੇਨ ਚੌਂਕ ਜਿਹੜਾ ਤੁਸੀਂ ਦੇਖ ਰਹੇ ਹੋ ਗੁਰਦੁਆਰਾ ਬੀਬੀਆਂ ਵਾਲਾ ਦਾ ਇਹ ਜਿਹੜਾ ਮੇਨ ਚੌਂਕ ਹੈ ਉਸ ਦੇ ਵਿੱਚ ਸਰਬਜੀਤ ਦੀ ਜਿਹੜੀ ਦੁਕਾਨ ਹੈ ਪੂਰੀ ਤਰ੍ਹਾਂ ਜਲ ਕੇ ਸਵਾਹ ਹੋ ਚੁੱਕੀ ਹੈ ਲੱਖਾਂ ਰੁਪਏ ਦਾ ਜਿਹੜਾ ਨੁਕਸਾਨ ਹੈ ਉਹ ਹੋ ਚੁੱਕਾ ਇਸ ਟਾਈਮ 'ਤੇ ਬੜੀ ਹੀ ਦਰਦਨਾਕ ਘਟਨਾ ਕਿਉਂਕਿ ਘਣੀ ਆਬਾਦੀ ਵਾਲਾ ਇਹ ਜੋ ਇਲਾਕਾ ਹੈ ਆਸ ਪਾਸ ਮਾਰਕੀਟ ਦੇ ਵਿੱਚ ਵੀ ਖਤਰਾ ਬਣਿਆ ਜੋ ਪਬਲਿਕ ਦੇ ਸਹਿਯੋਗ ਦੇ ਨਾਲ ਅੱਗ ਬੁਝਾਈ ਜਾ ਰਹੀ ਹੈ ਫਾਇਰ ਬ੍ਰਿਗੇਡ ਦਾ ਕੋਈ ਮੱਲਾਂ ਵਾਲੇ ਵਿੱਚ ਕੋਈ ਵੀ ਪ੍ਰਬੰਧ ਨਹੀਂ ਹੈ ਇੱਥੇ ਮੱਲਾਂ ਵਾਲਾ ਨਗਰ ਪੰਚਾਇਤ ਬਣੀ ਹੋਈ ਹੈ ਫਾਇਰ ਬ੍ਰਿਗੇਡ ਦੀ ਗੱਡੀ ਕੋਈ ਵੀ ਨਹੀਂ ਹੈ ਕੋਈ ਵੀ ਪਾਣੀ ਅੱਗ ਬੁਝਾਊ ਯੰਤਰ ਨਗਰ ਪੰਚਾਇਤ ਵੱਲੋਂ ਕੋਈ ਵੀ ਪ੍ਰਬੰਧ ਨਹੀਂ ਕੀਤਾ ਗਿਆ ਨਗਰ ਪੰਚਾਇਤ ਵਿੱਚ ਜਿਹੜੀਆਂ ਚੀਜ਼ਾਂ ਸਾਡੇ ਮੱਲਾਂ ਵਾਲੇ ਵਿੱਚ ਘਾਟ ਹੈ ਉਹ ਨਹੀਂ ਪੂਰੀਆਂ ਹੋ ਸਕਦੀਆਂ ਪ੍ਰਸ਼ਾਸਨ ਦੇ ਅਧਿਕਾਰੀ ਧਿਆਨ ਦੇਣ ਸਾਡੀ ਮੰਗ ਹੈ ਪ੍ਰਸ਼ਾਸਨ ਤੋਂ ਜਨਤਾ ਦੀ ਮੰਗ ਹੈ ਜੋ ਕਿ ਇੱਥੇ ਫਾਇਰ ਬ੍ਰਿਗੇਡ ਦੀਆਂ ਜਿਹੜੀਆਂ ਗੱਡੀਆਂ ਅੱਗ ਬੁਝਾਊ ਯੰਤਰ ਚਾਹੀਦੇ ਹੈ ਸੋ ਮੱਲਾਂ ਵਾਲਾ ਖਾਸ ਦੇ ਵਿੱਚ ਨਹੀਂ ਹਨ ਸੋ ਇਸ ਟਾਈਮ 'ਤੇ ਹਫੜਾ ਦਫੜੀ ਬਹੁਤ ਮੱਚੀ ਹੋਈ ਹੈ ਕਿਉਂਕਿ ਘਣੀ ਆਬਾਦੀ ਵਾਲਾ ਇਹ ਜੋ ਚੌਂਕ ਹੈ ਬੀਬੀਆਂ ਵਾਲਾ ਗੁਰਦੁਆਰਾ ਔਰ ਸਾਰੀਆਂ ਦੁਕਾਨਾਂ ਤਕਰੀਬਨ ਨਾਲ ਦੀਆਂ ਦੁਕਾਨਾਂ ਨੂੰ ਵੀ ਇਸ ਦਾ ਜਿਹੜਾ ਨੁਕਸਾਨ ਪਹੁੰਚ ਸਕਦਾ ਅਗਰ ਅੱਗ ਦੇ ਕਾਬੂ ਨਹੀਂ ਪੈਂਦਾ ਤਾਂ ਪਿੰਡ ਸਾਰਾ ਤਬਾਹ ਹੋ ਸਕਦਾ ਸੋ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਇੱਥੇ ਜੋ ਲੋੜੀਂਦੀਆਂ ਚੀਜ਼ਾਂ ਹਨ ਅੱਗ ਬੁਝਾਊ ਯੰਤਰ 30 ਕਿਲੋਮੀਟਰ ਦੂਰੀ ਤੋਂ ਇੱਥੇ ਗੱਡੀਆਂ ਆਉਂਦੀਆਂ ਪਰ ਗੱਡੀ ਅੱਜ ਤੱਕ ਕੋਈ ਨਹੀਂ ਪਹੁੰਚੀ ਪਬਲਿਕ ਦੇ ਸਹਿਯੋਗ ਦੇ ਨਾਲ ਇਹ ਅੱਗ ਬੁਝਾਈ ਜਾ ਚੁੱਕੀ ਹੈ ਇਹ ਜਿਸ ਵੀਰ ਦੀ ਦੁਕਾਨ ਨੂੰ ਅੱਗ ਲੱਗੀ ਉਹ ਦੇਖ ਲਓ ਉਹਨਾਂ ਦੀ ਹਾਲਤ ਜਿਹੜੀ ਤਰਸਨਯੋਗ ਬਣੀ ਹੈ ਕਿਉਂਕਿ ਸਾਡੀ ਪ੍ਰਸ਼ਾਸਨ ਦੀ ਨਲਾਇਕੀ ਮੱਲਾਂ ਵਾਲਾ ਨਗਰ ਪੰਚਾਇਤ ਨੂੰ 115 ਪਿੰਡ ਲੱਗਦੇ ਹੈ ਸਾਡੇ ਅੱਗ ਬੁਝਾਊ ਯੰਤਰ ਕੋਈ ਨਹੀਂ ਹੈ ਸੋ ਦੇਖੋ ਵੀਰ ਦੀ ਹਾਲਤ ਦੇਖੋ ਸਰਬਜੀਤ ਦੀ ਹਾਲਤ ਦੇਖੋ ਕੀ ਹੋਣੀ ਭਾਈ ਜੀ ਕੀ ਗੱਲ ਕੀ ਬਣੀ ਜਿਹੜੀ ਅੱਗ ਲੱਗੀ ਹੈ
ਪਤਾ ਹੀ ਨਹੀਂ ਅਸਲ ਦੁਕਾਨ ਬੰਦ ਕਰਕੇ ਗਿਆ ਸਾਡੇ ਕੁਆਟਰ ਕਿਤੇ ਕਿੰਨੇ ਵਜੇ ਤੁਸੀਂ ਦੁਕਾਨ ਬੰਦ ਕੀਤੀ ਹੈ 8 ਵਜੇ ਗਿਆ ਕੀ ਕੰਮ ਕੀ ਕਰਦੇ ਹੋ ਤੁਸੀਂ ਰੇਡੀਮੇਡ ਦੀ ਦੁਕਾਨ ਹੈ ਜੀ ਇਹੀ ਦੁਕਾਨ ਹੈ ਕਰਜ਼ਾ ਕੁਰਜ਼ਾ ਲੈ ਕੰਮ ਚਲਾਇਆ ਇਹਨਾਂ ਦੇ ਦੱਸਣ ਮੁਤਾਬਕ ਬੈਂਕ 'ਚੋਂ ਲੋਨ ਕਰਾ ਕੇ ਕਮੇਟੀਆਂ ਚੱਕ ਕੇ ਐਡਵਾਂਸ 'ਤੇ ਇਹਨਾਂ ਨੇ ਕੰਮ ਸ਼ੁਰੂ ਕੀਤਾ ਸਾਰਾ ਪਰਿਵਾਰ ਰੋ ਰਿਹਾ ਹੈ ਦੁੱਖ ਦੀ ਘੜੀ ਦੇ ਵਿੱਚ ਬੋਲ ਨਹੀਂ ਰਿਹਾ ਕੁਛ ਵੀ ਨਹੀਂ ਬੋਲ ਸਕਦੇ ਕਿਉਂਕਿ ਇੰਨਾ ਨੁਕਸਾਨ ਹੋ ਚੁੱਕਾ ਕਰਜ਼ਾ ਚੱਕ ਕੇ ਦੁਕਾਨਦਾਰ ਕਮੇਟੀਆਂ ਚੱਕ ਕੇ ਬੈਂਕ 'ਚੋਂ ਲੋਨ ਲੈ ਕੇ ਉਹਨਾਂ ਨੇ ਕੰਮ ਕੀਤਾ ਸਾਰਾ ਪਰਿਵਾਰ ਪਰੇਸ਼ਾਨ ਹੈ ਦੇਖ ਸਕਦੇ ਹੋ ਵੀਰ ਦੀ ਤਰਸਨਯੋਗ ਹਾਲਤ ਕੁਛ ਵੀ ਬੋਲਣ ਨੂੰ ਤਿਆਰ ਨਹੀਂ ਕੁਛ ਵੀ ਬੋਲਣ ਨੂੰ ਤਿਆਰ ਨਹੀਂ ਦੁਕਾਨ ਮਾਲਕ ਸਰਬਜੀਤ ਸਿੰਘ ਹਾਂਜੀ ਮਨਜੀਤ ਸਿੰਘ ਸੋਰੀ ਮਨਜੀਤ ਸਿੰਘ ਜੋ ਮਾਲਕ ਹੈ ਦੁਕਾਨ ਦਾ ਉਹਨਾਂ ਦੀ ਹਾਲਤ ਤੁਸੀਂ ਦੇਖ ਰਹੇ ਹੋ ਆਸ ਪਾਸ ਦੇ ਲੋਕ ਭਰੋਸਾ ਦੇ ਰਹੇ ਹਨ ਦੁਕਾਨ ਵੀ ਕਿਰਾਏ ਤੇ ਹੈ ਪਰ ਹਾਲਤ ਜਿਹੜੀ ਮਾੜੀ ਹੈ ਤੁਸੀਂ ਵੀਰ ਜੀ ਕੀ ਕਹਿਣਾ ਚਾਹੁੰਦੇ ਹੋ ਅੱਗ ਕਿਸ ਤਰ੍ਹਾਂ ਲੱਗੀ ਹੈ ਸ਼ਾਰਟ ਸਰਕਟ ਦੇ ਨਾਲ ਲੱਗੀ ਅੱਗ ਮੱਲਾਂ ਵਾਲੇ ਦੇ ਪੁਖਤਾ ਪ੍ਰਬੰਧ ਨਾ ਹੋਣ ਕਰਕੇ ਖਮਿਆਜ਼ਾ ਭੁਗਤਣਾ ਪੈ ਰਿਹਾ ਹਾਂਜੀ ਕਿੰਨੇ ਕੁ ਦਾ ਨੁਕਸਾਨ ਹੋ ਗਿਆ ਵੀਰ ਜੀ ਤੁਹਾਡਾ ਦੁਕਾਨਦਾਰ ਮਨਜੀਤ ਸਿੰਘ ਗਹਿਰੇ ਸਦਮੇ ਦੇ ਵਿੱਚ ਇਸ ਟਾਈਮ ਤੇ ਲੋਕ ਦੇ ਰਹੇ ਨੇ ਦਲਾਸਾ ਲੋਕ ਦਲਾਸਾ ਦੇ ਰਹੇ ਨੇ ਆਸ ਪੜੋਸ ਦੇ ਜਿਹੜਾ ਸਹਿਮ ਦਾ ਮਾਹੌਲ ਬਣਿਆ ਕਿਉਂਕਿ ਘਣੀ ਆਬਾਦੀ ਹੈ ਬਾਜ਼ਾਰ ਦੇ ਵਿੱਚ ਜਿਹੜੀ ਅੱਗ ਲੱਗੀ ਹੈ ਘਣੀ ਆਬਾਦੀ ਵਾਲੇ ਵਿੱਚ ਲੱਗੀ ਅੱਗ ਲੋਕ ਦੇ ਰਹੇ ਨੇ ਦਲਾਸਾ ਡੇਢ ਦੋ ਘੰਟਿਆਂ ਬਾਅਦ ਅੱਗ ਬੁਝਣ ਤੋਂ ਬਾਅਦ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੁਸੀਂ ਦੇਖ ਸਕਦੇ ਹੋ ਪਬਲਿਕ ਦੇ ਸਹਿਯੋਗ ਨਾਲ ਅੱਗ 'ਤੇ ਪਾਇਆ ਗਿਆ ਕਾਬੂ ਅਤੇ ਹੁਣ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਕੌਣ ਲੱਗਿਆ ਗੱਡੀ ਇਹ ਗੱਡੀਆਂ ਕਿੰਨਾ ਚਿਰ ਹੋ ਗਿਆ ਇੱਥੇ ਫਾਇਰ ਬ੍ਰਿਗੇਡ ਦੀਆਂ ਆਈਆਂ ਨੂੰ ਘੰਟਾ ਹੋ ਗਿਆ ਜੀ